ਬਹੁਤ ਗੁਆਈ ਥੀ ਆਂਦੀ ਰਾਇਆ ਜਿਹੜੀ ਹੈ ਨਾ ਕਬੀਰ ਕੋ ਤੇ ਮਾਮਾ ਕੋ ਨਹੀਂ ਜਾਂਦੀ, ਛੋਟੀ ਸਮਝਦੀ ਤੇ ਕਬੀਰ ਕੋ ਨੱਠ ਕੇ ਚੱਲ ਜਾਂਦੀ ਆ। ਉਹ ਛੋਟੇ ਆ ਬਾਈ ਹਮਜ਼ਾ ਹੁਣੇ ਵੀ ਸੁਬਹ ਸੁਬਹ ਚਾਏ ਪੀਂਦੇ ਆ, ਨਾਸ਼ਤਾ ਚਾਏ ਨਾ। ਅੱਛਾ ਅੱਜ ਬਣੀ ਨੀ ਉਹ, ਮਧਾਣੀ ਨੀ ਸੀ ਚੱਲਦੀ, ਮਧਾਣੀ ਨੀ ਸੀ ਚੱਲਦੀ। ਇੱਥੇ ਰਾਤੀ ਘਰੇ ਦੇਰਕਾ ਰੱਖਿਆ ਸੀ, ਕੀ ਇੱਥੇ ਕਾਲੀ ਹੋ ਗਈ ਜਗ੍ਹਾ, ਤੇ ਦੇਸ ਕੀ ਹੋਣੀ ਹੈ, ਚਾਲੀ ਦੇਸ, ਚਾਲੀ ਦੇਸ ਕੀ ਦੇ ਇੱਧਰ ਸੀ। ਨਿਕਲੀ ਥੀ ਸੁਬਹ ਤਕਰੀਬਨ, ਕਿਆ ਟਾਈਮ ਹੋ ਗਿਆ ਹੈ ਪਤਾ ਨਹੀਂ, 6:03 ਹੋ ਗਏ ਅਤੇ ਧੁੱਪ ਨਿਕਲਣੀ ਸ਼ੁਰੂ ਹੋ ਗਈ ਹੈ। ਬਾਹਰ ਨਿਕਲੀ ਥੀ, ਜੇ ਪਾਣੀ ਚਲਾ ਦੀ ਗਿਆ ਸੁਬਹ ਸੁਬਹ ਕਿਉਂਕਿ ਮਨਾ ਸ਼ਰੀਫ ਹੈ, ਤਾਂ ਇਸ ਲਈ ਕੱਲ੍ਹ ਕੀ ਸਫਾਈਆਂ ਤੋਂ ਸਾਰੀ ਗਈ ਥੀ, ਲੇਕਿਨ ਆਉਂਦੀ ਕੀ ਵਜ੍ਹਾ ਸੀ ਨਾ, ਸਾਰੀ ਦੁਬਾਰਾ ਫਿਰ ਹਰ ਚੀਜ਼ ਕਰਨੀ ਪੜੇਗੀ। ਪਿਆਜ਼ ਲਗਾ ਰਿਹਾ ਇੱਧਰ ਪਾਣੀ, ਜਿੱਦਾਂ ਤੰਬੂ ਕਨਾ ਤੇ ਵਗੈਰਾ ਲਗਾਉਣੀ ਹੈ, ਇੱਧਰ ਦੇ ਕੇ ਛੇਕੀ ਜੀ ਇੱਧਰ ਪੱਕਣੀ ਹੈ।
ਜੁੱਤੀ ਤੂੰ ਲੈਣੀ ਆ ਲਾਕੋ ਨੇ ਸੋਹਣੇ ਪਕੜੇ ਪਾ ਕੇ ਤੇ ਤੈਨੂੰ ਖੜੀ ਆ ਸੂਟ ਦਿਖਾਵਾਂ ਤੇਰਾ ਤੈਨੂੰ ਖੜੀ ਹੋ ਆਂਟੀ ਸੂਟ ਤੇ ਵਿਖਾ ਅਕਵੀਰ ਤੂੰ ਵੀ ਨਾਲ ਕੋਲ ਕਾਲੇ ਪਾਣੀ ਤੇ ਨਾ ਭੈਣਾ ਪਰਮ ਸਮੀਰ ਨੂੰ ਵੀ ਬੁਲਾਓ ਸਮੀਰ ਉਰਾ ਸਮੀਰ ਸਮੀਰ ਤੇ ਅਕਵੀਰ ਉਰਾ ਆ ਵੇਖੀ ਨਿੱਕੇ ਦਾ ਕਿੱਡਾ ਮੂਡ ਲੈ ਦੇ ਦੇ ਸਮੀਰ ਪਤਾ ਕਰਦਾ ਕਬੀਰ ਮਾਰਦਾ ਸਮੀਰ ਨੀ ਮਾਰਦਾ ਚਲੋ ਆਓ ਕਰੀਮ ਲਵਾਓ ਮੈਮਾ ਚੱਲ ਮਾਮਾ ਤਿਆਰੀ ਕਰਵਾ ਲਾਂਦੀਆਂ ਪਈਆਂ ਜੇ ਨਹੀਂ ਤੇ ਅੱਗੇ ਮਾਚਲ ਨਿੱਟੀ ਪਈ ਹੈ ਚੱਲ ਸੁਰਮਾ ਲਾ ਚੱਪੋ ਤੂੰ ਕੋਈ ਨੀ ਵੱਡਾ ਬਥੇਰਾ ਸੋਹਣਾ ਹੋ ਜਾਣਾ ਰੰਗ ਸਾਫ ਸਮੀਰ ਦੀ ਵੀ ਕੂਲੀ ਹੈ ਉਹ ਜਿਹੜਾ ਮੈਂ ਬਲੈਕ ਲੈ ਕੇ ਆਈ ਉਹ ਤਾਂ 2300-2400 ਦਾ ਸੂਟ ਤਾਂ ਮਾਰ ਨੂੰ ਮਹਿੰਗਾ ਨੀ 2300-2400 ਦਾ ਚਿੱਟਾ ਨਹੀਂ ਆਸੀ ਆ ਉਹਨੂੰ ਅਗਲੀ ਘਰੇ ਮੈਨੂੰ ਲਾਉਣ ਦਾ ਲੈ ਕੇ ਦੀ ਵਾਸ਼ਿੰਗ ਜੀ ਨੇ ਗੰਦੇ ਕਰਦਾ ਆ ਚੱਲ ਕੋਈ ਨੀ ਫਿਰ ਕਿਤੇ ਰੇਗੜ ਪਰ 5-7 ਦੂਰੇ ਫਿਰਦੇ ਨੇ ਲਾਉਣ ਦਾ ਬਹੁਤਾ ਸੋਹਣਾ ਲੱਗਦਾ ਵੈਸੇ ਲੱਗਦਾ ਜ਼ਿਆਦਾ ਜਾਂ ਕਾਟਨ ਦਾ ਲੈ ਦੇ ਉਹਦੇ ਪਾਪਾ ਦਾ ਕੱਟਿਆ ਇੱਕ ਜੇ ਲੈ ਦੀ ਮੈਂ ਵੀ ਲੈ ਕੇ ਦੇਣੇ ਤਿੰਨਾਂ ਚਿੱਟੇ ਸੇਮ ਮੈਂ ਫਿਆਸ ਦੇ ਵਿਆਹ ਤੇ ਲੈ ਕੇ ਦੇਣੇ ਨੇ ਸੇਮ ਬਸ ਭਾਈ ਜ਼ਿਆਨ ਅੱਛਾ ਬੱਚਾ ਜ਼ਿਆਨ ਤੇ ਮੇਰਾ ਅੱਛਾ ਬੱਚਾ ਆ ਮੇਰੇ ਕੋ ਨਿਮਕੋ ਵੀ ਹੈਗੀ ਹੈ ਫਿਰ ਨਿਮਕੋ 22 ਤੇ ਲੱਗ ਗਿਆ ਹੈ ਹੁਣ ਲੱਗਾ 22 ਉਹੋ ਹੀ 22 ਲੱਗੀ ਹੈ ਨਾ ਇੱਥੇ ਦੇਖੋ ਸੋਹਣੇ ਕੱਪੜੇ ਪਾਏ ਆ ਜ਼ਿਆਨ ਨੇ ਨਾਨੇ ਅੱਬੂ ਨੂੰ ਵੀ ਸੂਟ ਲਿਆ ਦਿਓ ਐਵੇਂ ਤਾਂ ਨਾਨਾ ਅੱਬੂ ਕਹਿੰਦਾ ਮੈਂ ਵੀ ਜ਼ਿਆਨ ਤਰ੍ਹਾਂ ਦਾ ਸੂਟ ਪਾਉਣਾ ਹੈ ਨਹੀਂ ਸੁਣਦਾ ਇਹਨਾਂ ਹੱਸਦਾ ਵੀ ਅੱਬੂ ਪਿੱਛੋ ਹੱਸਦਾ ਵੀ ਪੈਰ ਸਾਈਡ ਤੇ ਕਰ ਲਓ ਨਾ ਆ ਜੀ ਤੰਬੂਕਣਾ ਤਾਂ ਲੱਗ ਗਈਆਂ ਸਾਰੀਆਂ ਆ ਪਿੰਕ ਰੰਗ ਵਿੱਚ ਕਿੱਡਾ ਸੋਹਣਾ ਲੱਗਦਾ ਹੈ ਆ ਜਾ ਕੋਈ ਚੀਜ਼ ਦੇਵਾਂ ਤੈਨੂੰ ਚੱਲ ਆਨ ਬਾਬੂ ਤਿਆਰ ਹੋ ਗਿਆ ਜੀ ਮੈਮਾ ਅੰਮੀ ਤੂੰ ਤੇ ਮੈਮਾ ਇੱਥੇ ਇਕੱਠੀਆਂ ਖੜੀਆਂ ਹੋਵੋ ਇੱਕ ਵਾਰੀ ਆ ਮੈਮਾ ਨਾਲ ਇੱਥੇ ਇਕੱਠੇ ਖੜੇ ਹੋਵੋ ਮੈਂ ਫਿਰ
ਮੰਮਾ ਇਧਰ ਆ, ਇੱਥੇ ਆ ਜਾ, ਆ ਜਾ ਜਲਦੀ ਆ। ਅੰਮੀ ਨੇ ਵੀ ਤਿਆਰੀ ਕਰ ਲਈ ਆ, ਹੁਣ ਮੰਮਾ ਨੇ ਵੀ ਕਰ ਲਈ ਆ। ਮੰਮਾ ਅੰਮੀ ਸਹੀ ਹੋ ਗਈ ਆ, ਮੰਮਾ ਦੀ ਤਿਆਰੀ, ਸੂਟ ਸਹੀ ਲੱਗਾ ਪਾਇਆ ਹੋਇਆ। ਕਹਿੰਦਾ ਭੁੱਖ ਲੱਗੀ, ਬਿਸਕਿਟ ਕਿੱਥੇ, ਦੋ ਇਹਨੂੰ ਉਹ ਹੀ ਦੇ ਦਾਂ। ਡਿਊਟੀ ਪੱਕੀ ਜੇ, ਪੱਕੀ ਡਿਊਟੀ ਪੀਟਰ ਚਾਹ ਪੀ ਰਹੇ ਆ ਸਾਰੇ। ਪਾਸ਼ਾ ਵਾਲਿਆਂ ਦੀ ਇਹਨੂੰ ਛੱਡਣਾ ਹੀ ਨੀ। ਮੇਰਿਆਂ ਨੇ ਆਖੀ ਜੀ ਮੰਮਾ ਕੈਪਰੀ ਸਲਾਣੇ ਆ, ਕੈਪਰੀ ਉਹ ਕਾਟਨ ਦੇ ਕੈਪਰੀ ਸਲਾ ਕੇ ਬੈਠੇ ਆ। ਔਰ ਮੰਮਾ ਸਾਨੂੰ ਜੇਬਾਂ ਲਾ ਕੇ ਕੈਪਰੀ ਸਿਲਾਈ ਕਰਕੇ ਦੋ। ਹਾਂਜੀ ਜੀ, ਕਰ ਲਈ ਤਿਆਰੀ ਸ਼ਿਆਰੀ। ਅੱਛਾ, ਨਵੇਂ ਕੱਪੜੇ ਬਹੁਤ ਗਰਮੀ ਕਿ ਨਹੀਂ ਲੱਗਦੀ, ਭਾਜੀ ਮਾਇਆ ਹੁੰਦੀ ਵਿੱਚ। ਫਿਰ ਹੀ ਸਕੂਨ ਆਉਣਾ। ਔਰ ਮੈਂ ਕਿਹਾ ਭੈਣ ਭਾਈ ਕਮੈਂਟਸ ਕਰਦੇ ਸੀ ਵੀ ਤੂੰ ਤਾਂ ਸਮੇਰਾ ਆਪਸ ਵਿੱਚ ਬੋਲੀਆਂ ਨਹੀਂ, ਤੁਸੀਂ ਨਾਰਾਜ਼ ਆ ਵੀ ਅਸੀਂ ਤਾਂ ਕੋਈ ਨਹੀਂ ਨਾਰਾਜ਼, ਅਸੀਂ ਤਾਂ ਵੀਡੀਓ ਤਾਂ ਅਸੀਂ ਇਕੱਠੀਆਂ ਸਾਰੀਆਂ ਬਣਾਉਂਦੀਆਂ। ਹਾਂ, ਆ ਹੁਣ ਲਿਆ ਸੀ। ਅੱਛਾ, ਭਾਈ ਨੇ ਹੋਰ ਵੀ ਕੋਈ ਨੀ ਸਵੇਰ, ਤੁਸੀਂ ਭਾਈ ਦਾ ਬੈਗ ਚ ਰੱਖਿਆ ਹੋਇਆ ਨਹੀਂ? ਫਿਰ ਵੀ ਇੱਕ ਅੱਧਾ ਰੱਖਿਆ ਕਰੋ ਨਾਲ, ਦੁਬਾਰਾ ਹੁਣ ਚਲੋ ਖੈਰ ਹੀ ਹੈ।